ਇਹ ਵੀਡੀਓ ਧਰਮਕ ਬੇਸ ਵਾਲੇ ਮੁੱਖ ਮੰਤਰੀ ਦੀ ਹੈ, ਜਿਸ ਦਾ ਪੁਲਿਸ ਵੱਲੋਂ ਜੰਮ ਕੇ ਕੁਟਾਪਾ ਚਾੜਿਆ ਜਾ ਰਿਹਾ। ਹਾਲਾਂਕਿ ਇਹ ਕੁਟਾਪਾ ਕਿਉਂ ਚਾੜਿਆ ਜਾ ਰਿਹਾ ਇਹ ਤਾਂ ਨਹੀਂ ਪਤਾ ਚੱਲਿਆ, ਪਰ ਬੇਰਹਿਮੀ ਦੇ ਨਾਲ ਪੁਲਿਸ ਮੁਲਾਜ਼ਮਾਂ ਵੱਲੋਂ ਇਸ ਦੀ ਕੁੱਟਮਾਰ ਕੀਤੀ ਜਾ ਰਹੀ ਹੈ। ਇਸ ਦਾ ਪਰਨਾ ਤੱਕ ਉਤਾਰ ਦਿੱਤਾ ਗਿਆ ਅਤੇ ਵਾਲਾਂ ਤੋਂ ਫੜ ਕੇ ਧੋਇਆ ਜਾ ਰਿਹਾ ਅਤੇ ਨਾਲ ਨਾਲ ਕਿਹਾ ਜਾ ਰਿਹਾ ਕਿ ਤੂੰ ਚੁੱਪ ਕਰ ਜਾ, ਅਗਰ ਤੂੰ ਇੱਕ ਵੀ ਬੋਲ ਬੋਲਿਆ ਤਾਂ ਤੇਰਾ ਹੋਰ ਕੁਟਾਪਾ ਚਾੜਿਆ ਜਾਵੇਗਾ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਅਤੇ ਦੱਸਿਆ ਜਾ ਰਿਹਾ ਕਿ ਇਹ ਵੀਡੀਓ ਧਮਕ ਬੇਸ ਵਾਲੇ ਮੁੱਖ ਮੰਤਰੀ ਦੀ ਵੀਡੀਓ ਹੈ। ਫਿਲਹਾਲ ਇਹ ਵੀਡੀਓ ਕਿੱਥੋਂ ਦੀ ਹੈ ਇਹ ਵੀ ਅਜੇ ਸਾਫ਼ ਨਹੀਂ ਹੋਇਆ, ਅਤੇ ਨਾ ਹੀ ਇਹ ਸਾਫ਼ ਹੋਇਆ ਕਿ ਧਮਕ ਬੇਸ ਵਾਲੇ ਮੁੱਖ ਮੰਤਰੀ ਦਾ ਕੁਟਾਪਾ ਕਿਉਂ ਚਾੜਿਆ ਜਾ ਰਿਹਾ। ਇਹ ਵੀਡੀਓ ਦੇ ਵਿੱਚ ਬੇਰਹਿਮੀ ਦੇ ਨਾਲ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਡੰਡਿਆਂ ਦੇ ਨਾਲ ਮੁੱਖ ਮੰਤਰੀ ਦਾ ਕੁਟਾਪਾ ਚਾੜਿਆ ਜਾ ਰਿਹਾ, ਜਿਸ ਵਿੱਚ ਵਰਦੀਧਾਰੀ ਪੁਲਿਸ ਵਾਲੇ ਇਸ ਦਾ ਕੁਟਾਪਾ ਚਾੜ ਰਹੇ ਨੇ ਅਤੇ ਬੇਰਹਿਮੀ ਦੇ ਨਾਲ ਉਸ ਦੀ ਕੁੱਟਮਾਰ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਇਸ ਵੇਲੇ ਪਾਠ ਕਰਦਾ ਹੋਇਆ ਵੀ ਨਜ਼ਰ ਆ ਰਿਹਾ ਹੈ ਅਤੇ ਰੱਬ ਰੱਬ ਕਰਦਾ ਹੈ ਅਤੇ ਕਹਿੰਦਾ ਹੈ ਕਿ ਮੇਰਾ ਗਲਾ ਵੱਢ ਦਿਓ, ਇਸ ਨਾਲੋਂ ਤਾਂ ਚੰਗਾ ਹੈ। ਪਰ ਕੀ ਕਾਰਨ ਨੇ ਇਸ ਕੁਟਾਪੇ ਦੇ ਇਹ ਸਾਹਮਣੇ ਨਹੀਂ ਆਏ, ਪਰ ਕਿਤੇ ਨਾ ਕਿਤੇ ਇਹ ਕਾਨੂੰਨ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਨੇ, ਕਿਉਂਕਿ ਅਗਰ ਕੋਈ ਵੀ ਵੱਡੇ ਤੋਂ ਵੱਡਾ ਵੀ ਕਸੂਰ ਮੁੱਖ ਮੰਤਰੀ ਦਾ ਹੈ ਤਾਂ ਉਸ ਖਿਲਾਫ਼ ਕਾਨੂੰਨੀ ਤੌਰ 'ਤੇ ਕਾਰਵਾਈ ਕੀਤੀ ਜਾਣੀ ਬਣਦੀ ਹੈ, ਨਾ ਕਿ ਇਸ ਤਰ੍ਹਾਂ ਬੇਰਹਿਮੀ ਦੇ ਨਾਲ ਉਸਦੀ ਕੁੱਟਮਾਰ ਕੀਤੀ ਜਾਣੀ ਚਾਹੀਦੀ ਹੈ। ਇਹ ਕਿਸੇ ਵੀ ਕਾਨੂੰਨ ਦੇ ਵਿੱਚ ਨਹੀਂ ਲਿਖਿਆ। ਫਿਲਹਾਲ ਇਹ ਕਾਰਨ ਕੀ ਹੈ, ਇਸ ਕੁੱਟਮਾਰ ਦਾ ਕਾਰਨ ਕੀ ਹੈ ਅਤੇ ਹੁਣ ਤੱਕ ਜਿਹੜਾ ਹੈ ਉਹ ਮੁੱਖ ਮੰਤਰੀ ਕਿੱਥੇ ਹੈ ਇਹ ਅਜੇ ਸਾਫ਼ ਨਹੀਂ ਹੋਇਆ। ਸਾਡੀ ਟੀਮ ਜਿਹੜੀ ਹੈ ਉਹ ਲਗਾਤਾਰ ਮੁੱਖ ਮੰਤਰੀ ਦੇ ਪਰਿਵਾਰ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਆਖਰ ਇਹ ਜਿਹੜਾ ਮਸਲਾ ਕੀ ਹੈ, ਇਹ ਪੁਲਿਸ ਇਸ ਦਾ ਕੁਟਾਪਾ ਕਿਉਂ ਚੜ ਰਹੀ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਚਾਰੇ ਪਾਸੇ ਚਰਚਾਵਾਂ ਦਾ ਵਿਸ਼ਾ ਜਿਹੜਾ ਚੱਲ ਗਿਆ ਅਤੇ ਹੁਣ ਜਿਹੜਾ ਇਹ ਕੁਟਾਪਾ ਚੜਿਆ ਇਹ ਕਾਰਨ ਕੀ ਨੇ ਇਹ ਦੇਖਣਾ ਹੋਵੇਗਾ ਅਤੇ ਲਗਾਤਾਰ ਟੀਮ ਜਿਹੜੀ ਹੈ ਸਾਡੀ ਇਸ ਖਬਰ 'ਤੇ ਨਜ਼ਰ ਬਣਾਈ ਬੈਠੀ ਹੈ। ਜਦੋਂ ਵੀ ਕੋਈ ਅਪਡੇਟ ਸਾਹਮਣੇ ਆਉਂਦੀ ਹੈ ਤਾਂ ਤੁਹਾਡੇ ਨਾਲ ਸ਼ੇਅਰ ਜ਼ਰੂਰ ਕੀਤੀ ਜਾਵੇਗੀ। ਪਰ ਇਹ ਵੀਡੀਓ ਤੁਸੀਂ ਦੇਖ ਕੇ ਦੱਸੋ ਕਿ ਕਾਨੂੰਨ ਇਸ ਵੀਡੀਓ ਦੇ ਵਿੱਚ ਜੋ ਕੁਟਾਪਾ ਚਾੜਿਆ ਜਾ ਰਿਹਾ ਮੁੱਖ ਮੰਤਰੀ ਦਾ, ਕੀ ਉਹ ਜਾਇਜ਼ ਹੈ ਜਾਂ ਨਜਾਇਜ਼ ਹੈ ਅਤੇ ਇਹਨਾਂ ਪੁਲਿਸ ਮੁਲਾਜ਼ਮਾਂ 'ਤੇ ਕਿਹੋ ਜਿਹੀ ਕਾਰਵਾਈ ਬਣਦੀ ਹੈ। ਅਤੇ ਇਸ ਤੋਂ ਅਗਲੀ ਅਗਰ ਕੋਈ ਅਪਡੇਟ ਕਿਸੇ ਦੇ ਕੋਲ ਮੌਜੂਦ ਹੈ ਤਾਂ ਉਹ ਵੀ ਸਾਡੇ ਨਾਲ ਸੰਪਰਕ ਕਰਕੇ ਜ਼ਰੂਰ ਦੱਸੇ। ਮੇਰੇ ਚਾਕੂ ਮਾਰੋ ਢਿੱਡ ਚ ਫਿਰ ਅਜੇ ਬੋਲਦਾ ਭਰਾਵਾ ਮੇਰੇ ਚਾਕੂ ਮਾਰੋ ਢਿੱਡ ਚ ਮੇਰੀ ਧੌਣ ਲਾ ਬਾਬਾ ਯਾਰ ਭਰਾਵਾ ਬਸ ਕਰ ਗੁਰੂ ਨਾਨਕ ਸਾਹਿਬ ਦਾ ਨਾਮ ਲੈ
ਮਹਾਰਾਜ ਬਾਬਾ ਮਾਫ ਕਰ ਦਾ ਭਰਾਵਾ, ਮਾਫ ਕਰ ਦੋ, ਮਾਫ ਕਰ ਦੋ। ਬਸ ਕਰ ਬਾਬਾ, ਬਸ ਕਰ, ਬਸ ਕਰ, ਨਹੀਂ ਪੈਂਦਾ, 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 ਬਸ ਕਰ, ਬਸ ਕਰ, ਬਸ ਕਰ, ਬਸ ਕਰ, ਨਹੀਂ ਯਾਰ ਬਿਨਾਂ ਸ਼ੈਤਾਨੀ ਕਰਦੇ ਆ। ਮੇਰੇ ਚਾਕੂ ਮਾਰੋ ਢਿੱਡ ਚ, ਫਿਰ ਅਜੇ ਬੋਲਦਾ, ਫਿਰ ਅਜੇ ਬੋਲਦਾ ਭਰਾਵਾ, ਮੇਰੇ ਚਾਕੂ ਮਾਰੋ ਢਿੱਡ ਚ। ਮੇਰੀ ਧੌਣ ਲਾ ਬਾਬਾ ਯਾਰ, ਬਸ ਕਰ, ਗੁਰੂ ਨਾਨਕ ਸਾਹਿਬ ਦਾ ਨਾਮ ਲੈ, ਮਹਾਰਾਜ ਬਾਬਾ ਮਾਫ ਕਰ ਦਾ ਭਰਾਵਾ, ਮਾਫ ਕਰ ਦੋ, ਮਾਫ ਕਰ ਦੋ।